ਆਕਸੀਜਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ। ਅੱਜ ਮੇਰੇ ਨਾਲ ਕੁਝ ਸਾਥੀ ਬੈਠੇ ਨੇ ਜਿਹੜੇ ਕਿ ਪੰਜਾਬੀ ਸਬਜੈਕਟ, ਮਾਂ ਬੋਲੀ ਪੰਜਾਬੀ ਸਬਜੈਕਟ ਨੂੰ ਜਿਨ੍ਹਾਂ ਨੇ ਪਰਟੀਕੁਲਰਲੀ ਚੁਣਿਆ, ਆਪਣੀ ਲਾਈਫ ਦੇ ਵਿੱਚ ਲਿਆਂਦਾ ਤਾਂ ਕਿ ਉਸ ਸਬਜੈਕਟ ਨੂੰ ਆਪਣੀ ਪੂਰੀ ਲਾਈਫ ਦੇ ਸਕਣ, ਆਪਣਾ ਪੂਰਾ ਸਮਾਂ ਦੇ ਸਕਣ ਔਰ ਕੁਛ ਨਾ ਕੁਛ ਅਚੀਵ ਕਰ ਸਕਣ। ਔਰ ਇਹ ਕਾਫੀ ਹੱਦ ਤੱਕ ਅਚੀਵ ਕਰਕੇ ਅੱਜ ਇਸ ਪਲੇਟਫਾਰਮ ਤੇ ਮੇਰੇ ਨਾਲ ਬੈਠੇ ਨੇ ਆਪਸੀ ਸਾਇੰਸ ਟੀਵੀ ਤੇ। ਇਹਨਾਂ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇਹਨਾਂ ਦੇ ਵਿੱਚੋਂ ਮਾਂ ਬੋਲੀ ਪੰਜਾਬੀ ਦੇ ਮਾਸਟਰਸ ਵੀ ਨੇ ਔਰ ਗ੍ਰੈਜੂਏਟਸ ਵੀ ਨੇ, ਐਮ ਫਿਲ ਪੀ ਐਚ ਡੀ ਪਰਸੂਇੰਗ ਵੀ ਨੇ ਔਰ ਨਾਲ ਹੀ ਸਾਡੇ ਕੋਲ ਨੈਟ ਸੈੱਟ ਜਿਹੜੇ ਕੁਆਲੀਫਾਈਡ ਸਟੂਡੈਂਟਸ ਨੇ ਉਹ ਵੀ ਬੈਠੇ ਨੇ। ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਔਰ ਜਾਣਾਂਗੇ ਇਹਨਾਂ ਤੋਂ ਕਿ ਕਿਉਂ ਆਖਰ ਮਾਂ ਬੋਲੀ ਪੰਜਾਬੀ ਨੂੰ ਹੀ ਇਹਨਾਂ ਨੇ ਚੁਣਿਆ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਮਨਫੂਲ ਸਿੰਘ ਹੈ। ਸਿੰਘ ਸਾਹਿਬ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਹੋਰ ਵੀ ਬਹੁਤ ਸਾਰੇ ਸਬਜੈਕਟ ਸੀਗੇ, ਜੀ ਜੀ, ਜੰਮੂ ਦੇ ਵਿੱਚ ਰਹਿ ਕੇ ਮਾਂ ਬੋਲੀ ਪੰਜਾਬੀ ਨੂੰ ਹੀ ਕਿਉਂ ਚੁਣਿਆ ਸੀ? ਜੀ ਸਰ, ਬੇਸਿਕਲੀ ਜਦੋਂ ਮੈਂ 10th ਪਾਸ ਕੀਤੀ ਤੇ ਉਸ ਤੋਂ ਬਾਅਦ ਜਦੋਂ 11th ਦੇ ਵਿੱਚ ਇੰਟਰ ਹੋਇਆ ਤੇ ਸਾਡਾ ਜਿਹੜਾ ਉੱਥੇ ਆਪਣਾ ਜਿਹੜਾ ਕੰਬੀਨੇਸ਼ਨ ਬਣਦਾ ਸੀ ਸਬਜੈਕਟਸ ਦਾ, ਉਹਦੇ ਵਿੱਚ ਪੰਜਾਬੀ ਹਿੰਦੀ ਜਿਹੜੀ ਅੱਜ ਸਾਡੀਆਂ ਲੈਂਗੁਏਜਸ ਹਨ ਉਹਨਾਂ 'ਚੋਂ ਇੱਕ ਆਪਟ ਕਰਨਾ ਸੀ ਤੇ ਮੈਂ ਪੰਜਾਬੀ ਆਪਟ ਕਰ ਲਈ। ਤੇ ਪੰਜਾਬੀ ਉਸ ਟਾਈਮ ਮੈਂ ਇਸ ਤਰ੍ਹਾਂ ਹੀ ਆਪਟ ਕੀਤੀ ਸੀ ਕਿ ਇੱਕ ਤੇ ਪੰਜਾਬੀ ਵੀ ਸਿੱਖ ਲਾਂਗੇ, ਹਾਲਾਂਕਿ ਮੈਨੂੰ 11th ਤੱਕ ਊੜਾ ਆੜਾ ਵੀ ਨਹੀਂ ਸੀ ਆਉਂਦਾ। ਅੱਛਾ, ਹਾਂਜੀ। ਤੇ ਮੈਨੂੰ ਯਾਦ ਹੈ ਜਿਸ ਦਿਨ ਅਸੀਂ ਪਹਿਲੇ ਦਿਨ ਇੰਟਰ ਹੋਏ ਸੀ ਕਲਾਸ ਦੇ ਵਿੱਚ ਤੇ ਕਹਾਣੀ ਵਰਡ ਜਿਹੜਾ ਪੰਜਾਬੀ 'ਚ ਮੈਨੂੰ ਲਿਖਣਾ ਨਹੀਂ ਸੀ ਆਉਂਦਾ, ਸਰ ਨੇ ਕਿਹਾ ਕਹਾਣੀ ਲਿਖੋ ਤੇ ਕਹਾਣੀ ਜਿਹੜਾ ਵਰਡ ਹੈ ਕੱਕੇ ਤੋਂ ਜਿਹੜਾ ਸ਼ੁਰੂ ਹੁੰਦਾ ਹੈ ਮੈਨੂੰ ਕੱਕਾ ਵੀ ਨਹੀਂ ਸੀ ਪਾਉਣਾ ਆਉਂਦਾ। ਅੱਛਾ। ਫਿਰ ਉਸ ਤੋਂ ਬਾਅਦ 11th 12th ਵਿੱਚ ਮੈਂ ਸਿਰਫ ਊੜਾ ਆੜਾ ਹੀ ਸਿੱਖਿਆ, ਮੁਸ਼ਕਿਲ ਨਾਲ ਪਾਸ ਹੀ ਹੋਏ ਤੇ ਗ੍ਰੈਜੂਏਸ਼ਨ ਵਿੱਚ ਇੱਕ ਥੋੜ੍ਹੀ ਜਿਹੀ ਲੈਅ ਬਣ ਗਈ ਇੱਥੇ ਦੇ ਪ੍ਰੋਫੈਸਰ ਸਨ, ਉਹਨਾਂ ਨੇ ਵੀ ਥੋੜ੍ਹਾ ਪ੍ਰੇਰਿਤ ਕੀਤਾ ਕਿ ਪੰਜਾਬੀ ਪੜ੍ਹੋ ਅਤੇ ਕੁਛ ਮਨ ਵਿੱਚ ਲਾਲਚ ਵੀ ਆਇਆ ਸੀ ਕਿ ਮਾਰਕਸ ਮਿਲ ਜਾਣਗੇ, ਪੱਗ ਦੀ ਲਾਜ ਰੱਖਣਗੇ ਤੇ ਮਾਰਕਸ ਵਗੈਰਾ ਦੇ ਦੇਣਗੇ। ਅੱਛਾ, ਬਟ ਐਸਾ ਕੁਛ ਨਹੀਂ ਸੀ, ਉਹਨਾਂ ਨੇ ਵੀ ਸਾਨੂੰ ਮਿਹਨਤ ਦੇ ਮਾਰਕਸ ਹੀ ਦਿੱਤੇ, ਮਤਲਬ ਪੂਰੀ ਮਿਹਨਤ ਕਰਨੀ ਪਈ। ਹਾਂਜੀ ਹਾਂਜੀ, ਕੀ ਬਾਤ, ਬਹੁਤ ਵਧੀਆ। ਦੈਨ ਗ੍ਰੈਜੂਏਸ਼ਨ ਤੋਂ ਬਾਅਦ ਮੇਰਾ ਮਨ ਸੀ ਕਿ ਮੈਂ ਸਿਵਲ ਦੀ ਤਿਆਰੀ ਕਰਾਂ ਤੇ ਪੰਜਾਬੀ ਇੱਕ ਮੈਂ ਵੀਕ ਸਬਜੈਕਟ ਮੰਨ ਕੇ, ਮਤਲਬ ਮੈਂਟੈਲਿਟੀ ਮੇਰੀ ਇਸ ਟਾਈਪ ਦੀ ਸੀ ਕਿ ਜਿਹੜਾ ਪੰਜਾਬੀ ਥੋੜ੍ਹਾ ਵੀਕ ਸਬਜੈਕਟ ਹੈ ਤੇ ਇੰਨਾ ਜ਼ਿਆਦਾ ਟਾਈਮ ਨਹੀਂ ਦੇਣਾ ਪਏਗਾ ਤੇ ਸਿਵਲ ਦੀ ਤਿਆਰੀ ਕਰਾਂਗੇ, ਬਟ ਐਸਾ ਨਹੀਂ ਹੈ। ਮੇਰਾ ਫਿਰ ਮਨ ਬਣ ਗਿਆ, ਆਪਣਾ ਮਾਸਟਰਸ ਮੈਂ ਜੰਮੂ ਯੂਨੀਵਰਸਿਟੀ ਤੋਂ ਕੀਤੀ ਪੰਜਾਬੀ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਨੈਟ ਸੈੱਟ ਵੀ ਕਰ ਲਿਆ, ਜਿਹੜਾ ਕਿ ਇੱਕ ਸਟੇਟ ਐਲੀਜੀਬਿਲਟੀ ਟੈਸਟ ਹੈ ਔਰ ਨੈਸ਼ਨਲ ਐਲੀਜੀਬਿਲਟੀ ਦੋਨੋਂ ਕਰਾਂ ਜੀ। ਉਸ ਤੋਂ ਬਾਅਦ ਜਦੋਂ ਪੋਸਟਸ ਆਈਆਂ ਤੇ ਮੇਰਾ ਮਨ ਜਿਹੜਾ ਸਿਵਲਸ ਤੋਂ ਹਟ ਕੇ ਇਸ ਸਾਈਡ ਹੋ ਗਿਆ ਕਿ ਕਿਤੇ ਅਧਿਆਪਕ ਟੀਚਿੰਗ ਲਾਈਨ ਵੱਲ ਚਾਹੀਏ, ਪ੍ਰੋਫੈਸਰਸ ਦੀਆਂ ਜਿਸ ਤਰ੍ਹਾਂ ਲਾਸਟ ਟਾਈਮ ਬਹੁਤ ਪ੍ਰੋਫੈਸਰਸ ਦੀਆਂ ਪੋਸਟਾਂ ਆਈਆਂ ਸਨ ਤੇ ਹੁਣ ਅਸੀਂ ਐਲੀਜੀਬਲ ਹਾਂ, ਜਦੋਂ ਵੀ ਪੋਸਟਸ ਆਉਣਗੀਆਂ ਤੇ ਅਪਲਾਈ ਕਰਾਂਗੇ। ਪਰ ਕਿਤੇ ਨਾ ਕਿਤੇ ਅੱਜ ਇਸ ਮੁਕਾਮ ਤੇ ਪੁੱਜ ਕੇ ਇਸ ਤਰ੍ਹਾਂ ਲੱਗਦਾ ਕਿ ਕਦੇ ਅਸੀਂ ਜਿਸ ਤਰ੍ਹਾਂ ਅਸੀਂ ਹੁਣ ਨੈੱਟ ਵਿੱਚ ਬੈਠਦੇ ਹਾਂ, ਨੈੱਟ ਵਿੱਚ ਆਲ ਓਵਰ ਇੰਡੀਆ ਹੁੰਦਾ ਪੰਜਾਬੀ ਤੇ ਜਿਹੜੇ ਪੰਜਾਬ ਤੋਂ ਪੜ੍ਹ ਕੇ ਸਟੂਡੈਂਟਸ ਪੰਜਾਬੀ ਦਾ ਪੇਪਰ ਦਿੰਦੇ ਨੈੱਟ ਦੇ, ਉਹਨਾਂ ਨਾਲ ਕੰਪੀਟ ਕਰਨਾ ਸਾਡਾ ਬਹੁਤ ਮੁਸ਼ਕਿਲ, ਬੜਾ ਔਖਾ ਹੈ। ਮਤਲਬ ਹਾਂਜੀ, ਕਿਉਂਕਿ ਉਹ ਲੈਵਲ ਜਿਹੜਾ ਪੰਜਾਬੀ ਦਾ ਜੰਮੂ ਕਸ਼ਮੀਰ ਦੇ ਵਿੱਚ ਹਜੇ ਤੱਕ ਨਹੀਂ ਹੋਇਆ, ਨਹੀਂ ਹੋਇਆ। ਹਾਂਜੀ, ਹੁਣ ਜਿਸ ਤਰ੍ਹਾਂ ਸਾਨੂੰ ਊੜਾ ਆੜਾ ਅਗਰ ਪ੍ਰੀ ਨਰਸਰੀ ਜਾਂ ਨਰਸਰੀ ਤੋਂ ਸ਼ੁਰੂ ਹੋਇਆ ਹੁੰਦਾ ਤੇ ਸਾਨੂੰ ਸਵਾਲ ਮੇਰਾ ਇਹੋ ਹੀ ਹੈ ਮੈਂ ਪਾਸ ਕਰਾਂਗਾ ਸਵਾਲ। ਭੈਣ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਅਮਨਪ੍ਰੀਤ ਕੌਰ ਹੈ। ਅਮਨ ਜੀ, ਮੈਨੂੰ ਸਿਰਫ ਇਹ ਦੱਸੋ ਸਭ ਤੋਂ ਪਹਿਲੇ ਕਿ ਤੁਸੀਂ ਮਾਂ ਬੋਲੀ ਪੰਜਾਬੀ ਆਪਟ ਕੀਤਾ ਜੀ, ਅੱਜ ਤੁਸੀਂ ਸੇਵਾਵਾਂ ਵੀ ਦੇ ਰਹੇ ਹੋ ਸ਼ਾਇਦ ਕੰਟਰੈਕਚੁਅਲ ਜੀ, ਕਦੋਂ ਤੋਂ ਸ਼ੁਰੂ ਕੀਤਾ ਸੀ ਪੰਜਾਬੀ ਪੜ੍ਹਨਾ?
ਮੇਰਾ ਸਕੂਲ ਸੀ, ਮੈਂ ਕਿਹੜਾ ਸਕੂਲ ਸੀ, ਸਕੂਲ ਦਾ ਨਾਮ ਦੱਸਣਾ ਜ਼ਰੂਰੀ ਹੈ ਕਿਉਂਕਿ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਜਾਣ ਸਕਣ ਕਿ ਕੋਈ ਐਸਾ ਸਕੂਲ ਵੀ ਇੱਥੇ ਹੈਗਾ ਜਿਹੜਾ ਸ਼ੁਰੂ ਤੋਂ ਹੀ ਪੰਜਾਬੀ ਪੜ੍ਹਾਉਂਦਾ। ਬਿਲਕੁਲ, ਮੇਰਾ ਖਾਲਸਾ ਪਬਲਿਕ ਸਕੂਲ ਪਾਰਕ, ਮੈਂ ਡਿਸਟ੍ਰਿਕਟ ਰਿਆਸੀ ਸੀ, ਪੌਨੀ ਦੇ ਜ਼ਿਲ੍ਹਾ ਜਿਹੜਾ ਪਾਰਕ, ਪਿੰਡ ਪਾਰਕ ਤੋਂ ਹਾਂ। ਅਤੇ ਮੀਨਜ਼ ਜਿਹੜਾ ਸਾਡਾ ਸਕੂਲ ਸੀ ਖਾਲਸਾ ਪਬਲਿਕ ਸਕੂਲ ਪਾਰਕ, ਅਤੇ ਉੱਥੇ ਜਿਹੜੇ ਸਾਨੂੰ ਥਰਡ ਜਾਂ ਫੋਰਥ ਕਲਾਸ ਤੋਂ ਜਿਹੜੀ ਇਹ ਪੰਜਾਬੀ ਪੜ੍ਹਾਈ ਜਾਂਦੀ ਸੀ ਕਿਉਂਕਿ ਉੱਥੇ ਕੁਝ ਸਿੱਖ ਮਿਸ਼ਨਰੀ ਦੀ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸੀ। ਅਤੇ ਐਜ਼ ਆ ਅਡੀਸ਼ਨਲ ਸਬਜੈਕਟ ਜਿਸ 'ਤੇ ਨੰਬਰ ਬਿਲਕੁਲ ਕਾਊਂਟ ਨਹੀਂ ਹੁੰਦੇ ਸਨ, ਸਾਨੂੰ ਸ਼ੌਂਕੀ ਤੌਰ 'ਤੇ ਪੜ੍ਹਾਈ ਜਾਂਦੀ ਸੀ ਕਿ ਹਾਂ ਤੁਹਾਨੂੰ ਪੰਜਾਬੀ ਪੜ੍ਹਨੀ ਹੈ। ਔਰ ਸਾਡਾ ਇਹ ਸੀ ਕਿ ਜਿੰਨੇ ਵੀ ਸਾਡੇ ਕੁਛ ਜਿਹੜੇ ਬੱਚੇ ਨੇ ਉਹ ਕੁਛ ਨਾ ਕੁਛ ਅਡੀਸ਼ਨਲ ਲੈਂਗੁਏਜ ਜ਼ਰੂਰ ਪੜ੍ਹਨਗੇ। ਅਤੇ ਉਹਦੇ ਵਿੱਚ ਸਾਡਾ ਜਿਵੇਂ ਅਸੀਂ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਤਾਂ ਇੱਕ ਨੈਚੁਰਲੀ ਹੋ ਜਾਂਦਾ ਹੈ ਕਿ ਗੁਰਮੁਖੀ ਜਿਹੜੇ ਨੇ ਅਸੀਂ ਸਾਰੇ ਪੜ੍ਹ ਰਹੇ ਸੀ। ਈਵਨ ਸਾਡੇ ਨਾਲ ਜਿਹੜੇ ਕਿ ਸਟੂਡੈਂਟ ਐਸੇ ਸਨ ਜਿਹੜੇ ਗੁਰੂ ਸਿੱਖ ਪਰਿਵਾਰਾਂ ਤੋਂ ਨਹੀਂ ਸਨ, ਉਹ ਵੀ ਪੰਜਾਬੀ ਪੜ੍ਹਦੇ ਸਨ, ਨਾਨ ਸਿੱਖ ਬੱਚੇ ਵੀ ਪੰਜਾਬੀ ਪੜ੍ਹਦੇ ਸਨ ਕਿਉਂਕਿ ਅਸੀਂ ਉੱਥੋਂ ਫਿਰ ਪੰਜਾਬੀ ਪੜ੍ਹਦੇ ਸਾਂ, ਫਿਰ ਅਸੀਂ ਕੁਛ ਲੈਕਚਰ ਪ੍ਰਿਪੇਅਰ ਕਰਦੇ ਸਾਂ, ਉਹ ਗੁਰਦੁਆਰੇ ਸਾਹਿਬ ਬੋਲਦੇ ਸਾਂ, ਕਵਿਤਾਵਾਂ ਪੜ੍ਹਦੇ ਸਾਂ, ਉਹ ਗੁਰਦੁਆਰੇ ਸਾਹਿਬ ਉੱਧਰੋਂ ਤੁਹਾਨੂੰ ਸ਼ੌਂਕ ਜਿਹੜਾ ਪੈਦਾ ਹੋਇਆ ਜਿਹੜੀ ਹੈ, ਮਤਲਬ ਕਿ ਕਿਹਾ ਜਾ ਸਕਦਾ ਹੈ ਕਿ ਤੁਸੀਂ ਜਿਹੜੀ ਪੰਜਾਬੀ ਸਬਜੈਕਟ ਆਪਟ ਕੀਤਾ ਤੇ ਅੱਜ ਜਿਸ ਲੈਵਲ ਤੇ ਤੁਸੀਂ ਪਹੁੰਚੋ ਇਹ ਸ਼ੌਂਕੀ ਤਰੀਕੇ ਨਾਲ ਹੀ ਆ ਗਏ ਜਾਂ ਕਿ ਪਰਟੀਕੂਲਰਲੀ ਸਬਜੈਕਟ ਦੇ ਉੱਪਰ ਤੁਹਾਡਾ ਪਕੜ ਸੀ? ਪਕੜ ਤਾਂ ਨਹੀਂ ਸੀ ਕਿਉਂਕਿ ਜਿਹੜੀ ਉਹ ਕਿਤਾਬਾਂ ਨੇ ਉਹ ਵੱਖਰੀ ਚੀਜ਼ ਹੈ, ਇੱਕ ਜਿਹੜੀ ਪੰਜਾਬੀ ਲਿਟਰੇਚਰ ਹੈ ਉਹ ਵੱਖਰੀ ਚੀਜ਼ ਹੈ, ਉਹਦੇ ਵਿੱਚ ਕਾਫੀ ਚੀਜ਼ਾਂ ਵੱਖਰੀਆਂ ਨੇ, ਇਹਦੇ ਵਿੱਚ ਕ੍ਰਿਟੀਸਿਜ਼ਮ ਹੈ, ਇਹਦੇ ਵਿੱਚ ਲਿਟਰੇਚਰ ਵੱਖਰਾ, ਸਾਹਿਤ ਵੱਖਰਾ, ਉਹ ਸੀ ਜਿਹੜਾ ਸਿੱਖ ਮਿਸ਼ਨਰੀ ਦੀ ਕਿਤਾਬਾਂ ਨੇ ਉਹ ਵੱਖਰੀਆਂ ਨੇ। ਮਤਲਬ ਘਰਦਿਆਂ ਨੇ ਪੂਰਾ ਸਹਿਯੋਗ ਦਿੱਤਾ, ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੀਤਾ ਹੈ। ਅੱਛਾ ਸੀਤਾ ਜੀ, ਔਰ ਅਸੀਂ ਮਸਾ ਗੱਲ ਕਰ ਰਹੇ ਸੀ ਕਿ ਨੌਨ ਸਿੱਖਸ ਵੀ ਪੰਜਾਬੀ ਪੜ੍ਹਦੇ, ਅਤੇ ਸਾਡੇ ਸਾਹਮਣੇ ਦੇਖੋ ਬੇਟੀ ਇੱਕ ਬੈਠੀ ਹੈ, ਮੇਰੀ ਭੈਣ। ਤੁਸੀਂ ਦੱਸੋ ਕਿ ਪੰਜਾਬੀ ਹੀ ਕਿਉਂ ਚੁਣੀ ਤੁਸੀਂ, ਔਰ ਕਿੱਥੇ ਦੇ ਰਹਿਣ ਵਾਲੇ ਹੋ? ਮੈਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ। ਅੱਛਾ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ, ਕੀ ਬਾਤ ਹੈ ਜੀ। ਔਰ ਮੇਰਾ ਜਿਹੜਾ ਪੰਜਾਬੀ ਨਾਲ ਜਿਹੜਾ ਜੁੜਾਵ ਹੈ ਉਹ ਬਹੁਤ ਜ਼ਿਆਦਾ ਪਹਿਲੇ ਤੋਂ ਨਹੀਂ ਹੈ। ਜਿਹੜੀ ਮੇਰੀ ਗ੍ਰੈਜੂਏਸ਼ਨ ਸੀ, ਮੈਂ ਕੁੰਜਵਾਨੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ, ਔਰ ਮੇਰਾ ਜਿਹੜਾ ਲਾਸਟ ਸਮੈਸਟਰ ਸੀ ਉਸ ਵੇਲੇ ਪੰਜਾਬੀ ਦਾ ਆਪਸ਼ਨਲ ਸਬਜੈਕਟ ਸੀ। ਮੈਂ ਉਸ ਵੇਲੇ ਪੰਜਾਬੀ ਜਿਹੜੀ ਹੈ। ਕਿਹੜੇ ਸਕੂਲ 'ਚ ਪੜ੍ਹਦੇ ਸੀ? ਜੰਮੂ ਦੇ ਵਿੱਚ? ਹਾਂਜੀ, ਮੈਂ ਬਾਈਵਰਥ ਜੰਮੂ ਤੋਂ ਹੀ ਹਾਂ। ਅੱਛਾ, ਹਾਂਜੀ। ਅਤੇ ਪੰਜਾਬੀ ਐਕਚੁਲੀ ਮੈਂ ਨਾ ਥੀਏਟਰ ਵੀ ਕਰਦੀ ਹਾਂ, ਅਤੇ ਮੈਂ ਥੀਏਟਰ ਜਿਹੜਾ ਉਹ ਡੋਗਰੀ ਦੇ ਵਿੱਚ ਵੀ ਕੀਤਾ ਹੈ, ਹਿੰਦੀ ਦੇ ਵਿੱਚ ਵੀ ਕੀਤਾ, ਔਰ ਆਪਣੀ ਮਦਰ ਟੰਗ ਦੇ ਵਿੱਚ ਵੀ ਕੀਤਾ ਹੈ। ਅੱਛਾ, ਅਤੇ ਮੈਂ ਸੋਚਿਆ ਕਿ ਪੰਜਾਬੀ ਦੇ ਵਿੱਚ ਕਿਉਂ ਨਹੀਂ ਕਰ ਸਕਦੀ, ਅਤੇ ਇੱਕ ਮੇਰਾ ਉਹ ਸੀ ਕਿ ਮੈਂ ਪੰਜਾਬੀ ਸਿੱਖਣੀ ਹੈ, ਔਰ ਦੂਜਾ ਇਹ ਹੈ ਕਿ ਮੈਂ ਜਦੋਂ ਵੀ ਕਲਚਰ ਅਕੈਡਮੀ ਜਾਂਦੀ ਹਾਂ ਅਤੇ ਉੱਥੇ ਹਰ ਲੈਂਗੁਏਜ ਦੇ ਫੰਕਸ਼ਨਸ ਹੁੰਦੇ, ਅਤੇ ਜਦੋਂ ਮੈਂ ਪੰਜਾਬੀ ਦੇ ਵਿੱਚ ਇੱਕ ਨੋਵਲ ਰਿਲੀਜ਼ ਹੋਇਆ, ਜਦੋਂ ਮੈਂ ਉਸਦੀ ਪੂਰੀ ਸਟੋਰੀ ਸੁਣੀ ਅਤੇ ਮੈਨੂੰ ਲੱਗਿਆ ਕਿ ਮੈਂ ਵੀ ਇਹ ਵਾਲਾ ਜਿਹੜਾ ਨੋਵਲ ਹੈ ਉਹ ਪੜ੍ਹਨਾ ਚਾਹੁੰਦੀ ਹਾਂ। ਗੁਰਮੁਖੀ ਤੇ ਇੱਕ ਪਾਸੇ ਦੇਵਨਾਗਰੀ ਸੀ, ਮੈਂ ਉੱਥੋਂ ਅੱਖਰ ਜੋੜ ਜੋੜ ਕੇ ਮੈਂ ਉੱਥੋਂ ਪੜ੍ਹਨਾ ਸਿੱਖਿਆ। ਫਿਰ ਉਸ ਤੋਂ ਬਾਅਦ ਮੈਂ ਕਿਹਾ ਹੁਣ ਜੇ ਤੇ ਮੈਂ ਪੰਜਾਬੀ ਨਹੀਂ ਰੱਖਾਂਗੀ ਤੇ ਮੈਂ ਮੇਰਾ ਪੰਜਾਬੀ ਨਹੀਂ ਪੜ੍ਹ ਸਕਦੀ ਅੱਗੇ। ਜੇ ਮੈਂ ਸਬਜੈਕਟ ਲਵਾਂਗੀ ਤੇ ਮੈਨੂੰ ਅੱਗੇ ਸ਼ਾਇਦ ਕੋਈ ਸਿਖਾਏਗਾ, ਬਟ ਕਾਲਜ ਦੇ ਵਿੱਚ ਇਹ ਸੀ ਕਿ ਅਸੀਂ ਦੋ ਹੀ ਸਟੂਡੈਂਟਸ ਹਾਂ ਤੇ ਕਲਾਸਿਸ ਜ਼ਿਆਦਾ ਨਹੀਂ ਹੋਈ, ਬਟ ਮੈਂ ਆਪਣੇ ਤੋਂ ਹੀ, ਲੇਕਿਨ ਕੁਛ ਮੇਰੇ ਫਰੈਂਡਸ ਸਨ ਜਾਂ ਮੇਰੇ ਕੁਛ ਵੱਡੇ ਸਨ ਜਿਨ੍ਹਾਂ ਨੇ ਮੈਨੂੰ ਸਿਖਾਇਆ, ਔਰ ਇੱਕ ਸਰ ਹਨ ਅਰਵਿੰਦਰ ਸਿੰਘ ਅਮਨ ਜਿਹੜੇ ਅਡੀਸ਼ਨਲ ਸੈਕਟਰੀ ਸੀ ਕਲਚਰ ਅਕੈਡਮੀ ਦੇ ਵਿੱਚ, ਉਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਮੈਂ ਉਹਨਾਂ ਤੋਂ ਵੀ ਬਹੁਤ ਕੁਛ ਸਿੱਖਿਆ। ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰਦੀ ਸਾਂ ਤੇ ਉਹਨਾਂ ਹਮੇਸ਼ਾ ਕੋਈ ਨਾ ਕੋਈ ਕੋਟ ਜਿਹੜਾ ਉਹ ਗੁਰਬਾਣੀ ਤੋਂ ਲੈਂਦੇ ਸਨ,
ਤੇ ਮੈਂ ਕਹਿੰਦੀ ਸੀ ਕਿ ਇਹ ਸਿਰਫ ਸਿੱਖਾਂ ਦੀ ਲੈਂਗੁਏਜ ਨਹੀਂ ਹੈ। ਜਦੋਂ ਮੈਂ ਉੱਥੋਂ ਸੁਣਦੀ ਸੀ ਮੈਂ ਕਹਿੰਦੀ ਹਾਂ ਕਿ ਇਹ ਤੇ ਪੂਰੀ ਦੁਨੀਆਂ ਦੇ ਵਿੱਚ ਇਹ ਕੋਟਸ ਜਿਹੜੀਆਂ ਉਹ ਹੋਣੀ ਚਾਹੀਦੀ ਹਨ, ਜਾਂ ਸਾਡੇ ਜਿਹੜੀ ਗੀਤਾ ਹੈ, ਕੁਰਾਨ ਹੈ, ਉਸ ਦੇ ਵਿੱਚ ਵੀ ਸੇਮ ਚੀਜ਼ਾਂ। ਤੇ ਮੈਂ ਕਹਿੰਦੀ ਹਾਂ ਕਿ ਜਦੋਂ ਵੀ ਅਗਰ ਅਸੀਂ ਕੋਈ ਲੈਂਗੁਏਜ ਪੜ੍ਹਦੇ ਹਾਂ ਤੇ ਉਹ ਇਹ ਨਹੀਂ ਸਮਝਦੇ ਆ ਕਿ ਇਹ ਕਿਸੇ ਹੋਰ ਦੀ ਲੈਂਗੁਏਜ ਹੈ, ਇਹ ਸਾਰਿਆਂ ਦੀ ਲੈਂਗੁਏਜ ਹੈ। ਤੇ ਇਸ ਕਰਕੇ ਵੀ ਮੈਂ ਜਿਹੜੀ ਹੈ ਪੰਜਾਬੀ ਮੈਂ ਸਿੱਖ ਰਹੀ ਹਾਂ, ਔਰ ਇੰਨਾ ਜ਼ਿਆਦਾ ਇੰਟਰਸਟ ਹੋਇਆ ਕਿ ਮੈਂ ਮਾਸਟਰਸ ਵੀ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਕੀਤੀ ਹੈ, ਔਰ ਅੱਗੇ ਮੇਰਾ ਪਲਾਨ ਹੈ ਕਿ ਮੈਂ PhD ਵੀ ਕਰਾਂ। ਬਹੁਤ ਵਧੀਆ। ਔਰ ਮੈਂ ਦਰਸ਼ਕੋ ਤੁਹਾਨੂੰ ਦੱਸਦੇ ਹਾਂ ਕਿ ਜਿਸ ਤਰ੍ਹਾਂ ਇਸ ਬੱਚੀ ਨੇ ਕਿਹਾ ਹੈ ਕਿ ਜਿਹੜੀ ਮਾਂ ਬੋਲੀ ਪੰਜਾਬੀ ਹੈ ਇਹ ਕਿਸੇ ਸਿਰਫ ਕਿਸੇ ਇੱਕ ਰਿਲੀਜਨ ਜਾਂ ਕਿਸੇ ਇੱਕ ਕਿੱਤੇ ਦੀ ਨਹੀਂ ਹੈ, ਇਹ ਪੂਰੇ ਦੁਨੀਆ ਦੇ ਇਸ ਵੇਲੇ 10ਵੇਂ ਨੰਬਰ 'ਤੇ ਇਹ ਭਾਸ਼ਾ ਜਿਹੜੀ ਹੈ ਬੋਲੀ ਜਾਂਦੀ ਹੈ। ਔਰ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਇਹਨਾਂ ਨੇ ਮੱਧ ਪ੍ਰਦੇਸ਼ ਦਾ ਨਾਮ ਲਿਆ, ਮੈਂ ਦੱਸਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਹੈ ਭਾਰਤ ਦੇ ਵਿੱਚ ਵੀ ਨਹੀਂ, ਪਾਕਿਸਤਾਨ ਦੇ ਵਿੱਚ ਜਿਹੜੀ ਹੈ ਜਿਹੜਾ ਲਹਿੰਦਾ ਪੰਜਾਬ ਜਿਸ ਨੂੰ ਅਸੀਂ ਕਹਿੰਦੇ ਹਾਂ, ਉੱਥੇ ਜਿਹੜੀ ਹੈ ਇਹ ਭਾਸ਼ਾ ਜਿਹੜੀ ਪੰਜਾਬੀ ਹੈ ਉਹ ਬੋਲੀ ਜਾਂਦੀ ਹੈ। ਹਾਂ, ਗੱਲਬਾਤ ਕਰਾਂਗੇ, ਕੀ ਨਾਮ ਹੈ ਤੁਹਾਡਾ ਭਾਈ ਜੀ? ਮਲਕੀਤ ਕੌਰ। ਮਲਕੀਤ ਜੀ, ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਜਦੋਂ ਤੁਸੀਂ ਪੰਜਾਬੀ ਪੜ੍ਹਨਾ ਸਿੱਖਿਆ ਜਾਂ ਗੁਰਮੁਖੀ ਦੇ ਬਾਰੇ 'ਚ ਤੁਹਾਨੂੰ ਪਤਾ ਚੱਲਿਆ, ਕਿਹੜੀ ਕਲਾਸ ਤੋਂ ਪਤਾ ਚੱਲਿਆ? ਮੈਂ ਪੰਜਾਬੀ ਆਪਣੇ ਘਰ ਤੋਂ ਹੀ ਸਿੱਖੀ ਹੈ। ਅੱਛਾ, ਆਪਣੇ ਘਰ ਤੋਂ ਹੀ ਸਿੱਖੀ ਹੈ? ਮੈਂ ਬਹੁਤ ਛੋਟੀ ਹੁੰਦੀ ਹਾਂ, ਜਦੋਂ ਅਸੀਂ ਸਟਾਰਟਿੰਗ ਵਿੱਚ ਬੱਚਾ ਪੜ੍ਹਨਾ ਸਿੱਖਦਾ ਹੈ ਤਾਂ ਉਦੋਂ ਤੋਂ ਹੀ ਪੰਜਾਬੀ ਸਿੱਖੀ ਆਪਣੇ ਘਰ ਤੋਂ। ਉਸ ਤੋਂ ਬਾਅਦ ਮੈਂ ਪੁੰਛ ਰਹੀ ਹਾਂ, ਮੇਰੀ ਮੰਮਾ ਪੁੰਛ ਜੋਬ ਕਰਦੇ ਸਨ ਅਤੇ ਅਸੀਂ ਪੁੰਛ ਰਹਿੰਦੇ ਸਾਂ। ਠੀਕ। ਅਤੇ ਉੱਥੇ ਮਿਸ਼ਨਰੀ ਦੀ ਕਲਾਸਿਸ ਲੱਗਦੀ ਸਨ ਅਤੇ ਮੈਂ ਉੱਥੇ ਜਾਂਦੀ ਸਾਂ, ਅਤੇ ਉਸ ਤੋਂ ਜ਼ਿਆਦਾ ਜਿਹੜੀ ਅੱਛੀ ਪੰਜਾਬੀ ਹੈ ਉਹ ਮੈਂ ਉੱਥੇ ਜਾ ਕੇ ਸਿੱਖੀ। ਤੋ ਅਕੈਡਮਿਕਲੀ ਜਿਹੜਾ ਤੁਸੀਂ ਕਿਹੜੀ ਕਲਾਸ ਤੋਂ ਸ਼ੁਰੂ ਕੀਤਾ? ਗ੍ਰੈਜੂਏਸ਼ਨ ਵਿੱਚ ਪਹਿਲੇ ਸਮੈਸਟਰ, ਪਹਿਲੇ ਦੋ ਸਮੈਸਟਰ ਵਿੱਚ। ਮਤਲਬ ਗ੍ਰੈਜੂਏਸ਼ਨ ਤੋਂ ਪਹਿਲੇ ਤੁਸੀਂ ਸਕੂਲ ਦੇ ਵਿੱਚ ਪੰਜਾਬੀ ਬਿਲਕੁਲ ਨਹੀਂ ਪੜ੍ਹੀ? ਨਹੀਂ ਪੜ੍ਹੀ, ਮੇਰੀ ਸਾਇੰਸ ਸੀ ਪਹਿਲੇ ਅਤੇ ਮੈਂ ਪੰਜਾਬੀ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਸਕੂਲ ਦੇ ਵਿੱਚ ਅਗਰ ਤੁਸੀਂ ਪੜ੍ਹੀ ਦੀ ਹੁੰਦੀ ਤਾਂ ਸ਼ਾਇਦ ਹੋਰ ਵਧੀਆ ਕਰ ਸਕਦੇ? ਹਾਂ ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਦੀਦੀ ਨੇ ਦੱਸਿਆ ਕਿ ਜਿਹੜੇ ਅਸੀਂ ਗੁਰਦੁਆਰੇ ਸਾਹਿਬ ਵਿੱਚ ਪੰਜਾਬੀ ਪੜ੍ਹਦੇ ਹਾਂ ਉਸਦਾ ਜ਼ਿਆਦਾ ਰਿਲੇਟ ਗੁਰਬਾਣੀ ਨਾਲ ਹੁੰਦਾ, ਅਤੇ ਜਿਹੜੇ ਅਸੀਂ ਸਕੂਲ ਵਿੱਚ ਅਗਰ ਅਸੀਂ ਪੜ੍ਹਦੇ ਤਾਂ ਉਹ ਅਸੀਂ ਹੋਰ ਲੈਵਲ ਦਾ ਪੜ੍ਹਨਾ ਸੀ ਪੰਜਾਬੀ, ਜਿਹੜੀ ਮੈਂ ਮਾਸਟਰਸ ਵਿੱਚ ਪੜ੍ਹੀ ਹੈ ਉਹ ਸਟਾਰਟਿੰਗ ਤੋਂ ਅਸੀਂ ਸਕੂਲ ਤੋਂ ਪੜ੍ਹ ਸਕਦੇ ਸਾਂ। ਤੁਹਾਨੂੰ ਕਦੇ ਜਿਸ ਤਰ੍ਹਾਂ ਮਦਰ ਫਾਦਰ ਨੇ ਫੋਰਸ ਕੀਤਾ ਜਾਂ? ਨਹੀਂ, ਮੇਰਾ ਇੰਟਰਸਟ ਐਪਰੀਸ਼ੀਏਟ ਕੀਤਾ। ਹਾਂ, ਐਪਰੀਸ਼ੀਏਟ ਬਿਲਕੁਲ ਕੀਤਾ। ਮੇਰਾ ਪੰਜਾਬੀ MA ਰੱਖਣ ਦਾ ਸ਼ੌਂਕ ਸੀ, ਮੈਨੂੰ ਬਹੁਤ ਸ਼ੌਂਕ ਸੀ। ਕਦੇ ਸਕੂਲ ਦੇ ਵਿੱਚ ਨਹੀਂ ਉਹਨਾਂ ਨੇ ਗੱਲਬਾਤ ਕੀਤੀ ਕਿ ਸਾਡੀ ਬੇਟੀ ਨੂੰ ਸਕੂਲ ਦੇ ਵਿੱਚ ਪੰਜਾਬੀ ਸਬਜੈਕਟ ਲਗਾਓ ਤੇ ਪੜ੍ਹਾਓ? ਨਹੀਂ, ਕਿਉਂਕਿ ਸਾਡੇ ਸਕੂਲ ਵਿੱਚ ਜਦੋਂ ਮੈਂ ਸਟਾਰਟਿੰਗ ਵਿੱਚ ਛੋਟੀ ਸਾਂ ਉਦੋਂ ਅਸੀਂ ਖਾਲਸਾ ਸਕੂਲ ਵਿੱਚ ਪੜ੍ਹਦੇ ਸਾਂ ਪੁੰਛ, ਉੱਥੇ ਹੈ ਸੀ ਪੰਜਾਬੀ, ਲੇਕਿਨ ਓਵਲੀ ਜਿਹੜੀ ਪੰਜਾਬੀ ਸੀ ਅਸੀਂ ਸਿੱਖੀ ਦੀ ਸੀ ਸਟਾਰਟਿੰਗ ਤੋਂ, ਘਰ ਤੋਂ ਹੀ ਸਿੱਖੀ ਦੀ ਸੀ। ਲੇਕਿਨ ਜਦੋਂ ਅਸੀਂ ਵੱਡੀ ਕਲਾਸਿਸ ਵਿੱਚ ਗਏ ਹਾਂ ਤੇ ਫਿਰ ਮੈਂ ਸਾਇੰਸ ਲੈ ਲਿੱਤੀ ਤੇ ਇਸ ਕਰਕੇ ਉੱਥੇ ਪੰਜਾਬੀ ਨਹੀਂ ਸੀ, ਤੇ ਮੈਂ ਪੜ੍ਹਦੀ ਸਾਂ, ਘਰ ਵੀ ਪੜ੍ਹਦੀ ਸਾਂ, ਗੁਰਦੁਆਰੇ ਸਾਹਿਬ ਵੀ ਪੜ੍ਹਦੀ ਸਾਂ, ਇਸ ਕਰਕੇ ਮੈਂ ਉਹ ਸੋਚਿਆ ਹੀ ਨਹੀਂ ਕਿ ਸਕੂਲ ਵਿੱਚ ਵੀ ਹੋਣੀ ਚਾਹੀਦੀ ਹੈ ਜਾਂ ਰੱਖਣੀ ਹੈ ਇਸ ਕਰਕੇ। ਤੋ ਇਹ ਕੁਝ ਪ੍ਰੋਬਲਮਸ ਵੀ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਨਹੀਂ। ਮੈਂ ਗੱਲਬਾਤ ਕਰਾਂਗਾ ਇੱਕ ਮੇਰੇ ਵੀਰ ਸਾਡੇ ਕੋਲ ਨੇ, ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਇੰਦਰਮੋਹਨ ਸਿੰਘ ਹੈ। ਇੰਦਰਮੋਹਨ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਮਾਂ ਬੋਲੀ ਪੰਜਾਬੀ ਯਾਨੀ ਕਿ ਗੁਰਮੁਖੀ ਸਕ੍ਰਿਪਟ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਮਾਸਟਰ ਕੀਤੀ ਹੈ ਸ਼ਾਇਦ, ਹੈ ਨਾ? ਤੋ ਹੁਣ ਅੱਗੇ ਕੀ ਟੀਚਾ ਲੈ ਕੇ ਤੁਸੀਂ ਇੱਥੇ ਤੱਕ ਪਹੁੰਚੇ ਸੀ ਕਿ ਮੈਂ ਮਾਸਟਰ ਪੰਜਾਬੀ 'ਚ ਹੀ ਕਰਨੀ, ਕੀ ਸੋਚ ਕੇ ਆਏ ਸੀ? ਮੈਂ ਮੇਰਾ ਬਚਪਨ ਤੋਂ ਸ਼ੌਂਕ ਰਿਹਾ ਕਿ ਮੈਂ ਟੀਚਰ ਲਾਈਨ ਵਿੱਚ ਜਾਵਾਂ। ਅੱਛਾ। ਮੈਨੂੰ ਬੱਚਿਆਂ ਨੂੰ ਪੜ੍ਹਾਉਣ ਦਾ, ਮੈਂ ਮਤਲਬ ਬੱਚਿਆਂ ਨੂੰ ਗੁਰਦੁਆਰੇ ਪੜ੍ਹਾਉਂਦਾ ਰਿਹਾ ਪੰਜਾਬੀ, ਮੈਂ ਉੱਥੇ ਕਲਾਸਾਂ ਲਾਉਂਦਾ ਰਿਹਾ, ਮੇਰੇ ਕੋਲ ਹਰ ਟਾਈਮ ਮਤਲਬ ਹਿੰਦੂ ਮੁਸਲਮਾਨ ਸਿੱਖ ਹਰ ਬੱਚੇ ਆਉਂਦੇ ਰਹੇ, ਉਹਨਾਂ ਨੂੰ ਪੰਜਾਬੀ ਪੜ੍ਹਾਉਂਦਾ ਰਿਹਾ, ਲੇਕਿਨ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੇ ਵਿੱਚ ਵੀ ਪੰਜਾਬੀ 'ਚ ਪੜ੍ਹਨ ਵਿੱਚ ਥੋੜ੍ਹੀ ਕਮੀਆਂ, ਕਿਉਂਕਿ ਵਿਆਕਰਨ ਵਿੱਚ ਕਮੀਆਂ ਹੁੰਦੀਆਂ, ਬੱਚਾ ਕੋਈ ਅੱਛੇ ਤਰੀਕੇ ਨਾਲ ਨਹੀਂ ਸਿਖਾ ਸਕਦਾ ਉਹਨਾਂ ਨੂੰ ਕੋਈ ਚੀਜ਼। ਬਿਲਕੁਲ। ਅਤੇ ਮੈਂ ਕੀਤਾ ਕਿ ਮੈਂ ਖੁਦ ਪੜ੍ਹਾਂਗਾ ਪਹਿਲੇ, ਅੱਛਾ ਇੰਪਰੂਵਮੈਂਟ ਕਰਕੇ ਆਵਾਂਗਾ ਪੰਜਾਬੀ ਸਿੱਖਾਂਗਾ ਅਤੇ ਬੱਚਿਆਂ ਨੂੰ ਵੀ ਪੰਜਾਬੀ ਇੰਪਰੂਵਮੈਂਟ ਕਰਕੇ ਪੜ੍ਹਾਵਾਂਗਾ। ਲੇਕਿਨ ਸਾਡੀ ਇੱਕ
ਜਿਹੜੀ ਦੁਖਨਾਇਕ ਗੱਲ ਇਹ ਆ ਕਿ ਸਾਡੇ ਲੋਕ ਜਿਹੜੇ ਹਨ ਉਹ ਸੋਚਦੇ ਹਨ ਕਿ ਸਾਡੇ ਬੱਚੇ ਪੰਜਾਬੀ ਸਿੱਖੇ ਸਿਰਫ ਪਾਠ ਹੀ ਕਰਨਗੇ ਅਤੇ ਅੱਗੇ ਉਹਨਾਂ ਦਾ ਕੋਈ ਸਕੋਪ ਹੈ ਜਾਂ ਨਹੀਂ ਹੈ। ਇਹ ਸਾਡੇ ਲੋਕਾਂ 'ਚ ਬੜੀ ਪਰੇਸ਼ਾਨੀ ਹੈ। ਤੁਸੀਂ ਇੱਕ ਵਾਰੀ ਮੈਂ ਕਹਿੰਦਾ ਕਿ ਹਾਈ ਲੈਵਲ ਵਿੱਚ ਆਓ, ਕਿ ਹਾਈ ਐਜੂਕੇਸ਼ਨ ਆ ਕੇ ਦੇਖੋ ਕਿ ਸਾਨੂੰ ਸਿੱਖਣ ਵਾਸਤੇ ਕਿੰਨਾ ਚੀਜ਼ਾਂ ਮਿਲਦੀਆਂ ਹਨ। ਇੰਨੇ ਵੱਡੇ ਵੱਡੇ ਰਾਈਟਰ ਹੋਏ ਨੇ, ਭਾਈ ਵੀਰ ਸਿੰਘ ਵਰਗੇ ਰਾਈਟਰ ਹੋਏ ਨੇ, ਪੂਰਨ ਸਿੰਘ ਵਰਗੇ ਰਾਈਟਰ ਹੋਏ ਨੇ, ਉਹਨਾਂ ਨੇ ਇਤਨੀਆਂ ਵਧੀਆ ਚੀਜ਼ਾਂ ਸਾਨੂੰ ਲਿਖ ਕੇ ਕਵਿਤਾ ਲਿਖੀਆਂ ਹਨ। ਭਾਈ ਵੀਰ ਸਿੰਘ ਜੀ ਨੇ ਕਵਿਤਾ ਖੇਤੀਬਾੜੀ ਕਵਿਤਾ ਲਿਖੀਆਂ ਹਨ, ਠੀਕ ਹੈ। ਕੁਲਵੰਤ ਸਿੰਘ ਵੀਰ ਖੋਜੇ ਜੀ ਹਨ ਜਿਨ੍ਹਾਂ ਨੇ ਕਹਾਣੀਆਂ ਲਿਖੀਆਂ ਹਨ। ਉਹਨਾਂ ਕਹਾਣੀਆਂ ਆਪਣੇ ਸਮੇਂ 'ਤੇ ਜਿਹੜੇ ਉਸ ਸਮੇਂ ਉਹਨਾਂ ਦੀਆਂ ਬੀਤ ਰਹੀਆਂ ਘਟਨਾਵਾਂ ਸਨ, ਉਹਨਾਂ 'ਤੇ ਗੱਲਾਂ ਲਿਖੀਆਂ ਹੋਈਆਂ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਅਸੀਂ ਆਪਣੇ ਲਾਈਫ ਵਿੱਚ ਅੱਛਾ ਕਰ ਸਕਦੇ ਹਾਂ ਕਿ ਉਹਨਾਂ ਜਿਹੜੀ ਗਲਤੀਆਂ ਉਹਨਾਂ ਆਪਣੇ ਸਮਾਜ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਸਨ ਲੋਕਾਂ ਨੇ ਜਾਂ ਸਮਾਜ ਵਿੱਚ ਕਿਆ ਬੀਤ ਰਿਹਾ ਸੀ, ਉਸ ਤੋਂ ਸਾਨੂੰ ਬਹੁਤ ਕੁਝ ਇੰਪਰੂਵ ਕਰਨ ਨੂੰ ਮਿਲਦਾ ਹੈ ਕਿ ਜਿਹੜੇ ਅਸੀਂ ਅੱਗੇ ਸੁਸਾਇਟੀ ਪੇਅਰ ਕਰਾਂਗੇ, ਸੁਸਾਇਟੀ ਨੂੰ ਅੱਛਾ ਦੇਖਾਂਗੇ, ਉਹਨਾਂ ਚੀਜ਼ਾਂ ਸਿੱਖ ਕੇ ਅਸੀਂ ਸੁਸਾਇਟੀ ਨੂੰ ਅੱਛਾ ਕਰ ਸਕਦੇ ਹਾਂ। ਅਤੇ ਮੈਂ ਲੋਕਾਂ ਅੱਗੇ, ਮੈਂ ਪਬਲਿਕ ਅੱਗੇ ਇਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਆਪਣੇ ਕਿ ਬੱਚਿਆਂ ਨੂੰ ਤੁਸੀਂ ਪੰਜਾਬੀ ਪੜ੍ਹਾਓ। ਇਹ ਨਹੀਂ ਹੈ ਕਿ ਪੰਜਾਬੀ ਤੋਂ ਪਿੱਛੇ ਕਰੋ ਕਿ ਖਾਲੀ ਪਾਠ ਹੀ ਕਰਨਗੇ, ਪਾਠ ਨਹੀਂ ਹੈ। ਅਗਰ ਪੰਜਾਬੀ ਪੜ੍ਹਨਗੇ, ਸਿੱਖਣਗੇ ਅਤੇ ਬੱਚਿਆਂ ਨੂੰ ਹੋਰ ਅੱਗੇ ਇੰਪਰੂਵ ਹੋਵੇਗੀ ਪੰਜਾਬੀ, ਪੰਜਾਬੀ ਖਤਮ ਨਹੀਂ ਹੋਗੀ, ਪੰਜਾਬੀ ਖਤਮ ਹੋ ਹੀ ਨਹੀਂ ਸਕਦੀ। ਅਤੇ ਤੁਸੀਂ ਆਪਣੇ ਘਰ ਤੋਂ ਬੱਚਿਆਂ ਨੂੰ ਪੜ੍ਹਾਉਣਾ ਸਟਾਰਟ ਕਰੋ ਅਤੇ ਪੰਜਾਬੀ ਕਦੇ ਵੀ ਨਹੀਂ ਖਤਮ ਹੋਏਗੀ। ਜੇ ਅਸੀਂ ਬੜੇ ਘਰ ਜਿਹੜੇ ਕਿਉਂਕਿ ਮਾਂ ਬੋਲੀ ਪੰਜਾਬੀ ਕੋਈ ਛੋਟੀ ਮੋਟੀ ਭਾਸ਼ਾ ਨਹੀਂ ਹੈ, ਇਹ ਬਹੁਤ ਇੱਕ ਵੱਡੀ ਆਪਣੇ ਸਮੇਂ ਦੀ ਭਾਸ਼ਾ ਰਹੀ ਹੈ। ਮੈਂ ਦਰਸ਼ਕਾਂ ਨੂੰ ਵੀ ਦੱਸਦਿਆਂ ਕਿ ਜਦੋਂ ਪ੍ਰਾਕ੍ਰਿਤ ਭਾਸ਼ਾ ਸੀ ਇਹ ਉਦੋਂ ਦੇ ਨਾਲ ਦੀ ਹੀ ਭਾਸ਼ਾ, ਜਦੋਂ ਸੰਸਕ੍ਰਿਤ ਦੇ ਨਾਲ ਹੀ ਜਿਹੜੀ ਹੈ ਇਹ ਨਿਕਲੀ ਸੀ ਔਰ ਅੱਜ ਜਿਹੜੀ ਇਸ ਮੁਕਾਮ 'ਤੇ ਇਹ ਪਹੁੰਚੀ ਹੈ। ਕੋਈ ਛੋਟੀ ਮੋਟੀ ਭਾਸ਼ਾ ਨਹੀਂ, ਇਹ ਬਹੁਤ ਪੁਰਾਣੀ ਭਾਸ਼ਾ, ਕਰੀਬ ਕਰੀਬ 5500 ਸਾਲ ਪੁਰਾਣਾ ਇਹਦਾ ਇਤਿਹਾਸ ਵੀ ਜਿਹੜਾ ਹੈ। ਹੁਣ ਮੈਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋਵੋਗੇ, ਨਿਕਲ ਕੇ ਸਾਹਮਣੇ ਆਇਆ ਹੈ। ਸਵਾਲ ਇੱਕ ਛੋਟਾ ਜਿਹਾ ਔਰ ਸਵਾਲ ਹੈ ਕਿ ਜਦੋਂ ਤੁਸੀਂ ਬਚਪਨ ਦੇ ਵਿੱਚ ਸੀ, ਤੁਸੀਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਤੁਸੀਂ ਇੱਕ ਅਪੀਲ ਕੀਤੀ ਹੈ ਸਾਡੇ ਪੇਰੈਂਟਸ ਨੂੰ, ਹੈ ਨਾ, ਸਾਰਿਆਂ ਨੂੰ, ਪਰ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਉਸ ਏਜ ਵਿੱਚ ਸੀ ਜਿਸ ਏਜ ਦੇ ਬੱਚਿਆਂ ਦੇ ਮਾਂ ਪਿਓ ਨੂੰ ਤੁਸੀਂ ਕਹਿ ਰਹੇ ਹੋ ਕਿ ਬੱਚੇ ਪੜ੍ਹਾਓ, ਤੁਹਾਨੂੰ ਵੀ ਤੁਹਾਡੇ ਮਾਂ ਪਿਓ ਨੇ ਕਿਹਾ ਸੀ ਪੜ੍ਹੋ ਜਾ ਕੇ? ਮਾਂ-ਬਾਪ ਜਿਹੜੇ ਮੈਂ ਸ਼ੁਰੂ ਤੋਂ ਮੈਨੂੰ ਪੰਜਾਬੀ ਪੜ੍ਹਾਈ ਹੈ, ਸਿਖਾਈ ਹੈ ਪੰਜਾਬੀ, ਫਸਟ ਵੀ ਸੀ ਉੱਥੋਂ ਤੋਂ ਪੰਜਾਬੀ ਪੜ੍ਹਾਈ ਹੈ। ਦਰਅਸਲ ਮੇਰੇ ਘਰ ਵਿੱਚ ਮੇਰੀ ਭਰਾ ਦੀ ਛੋਟੀ ਬੱਚੀ ਹੈ, ਮੈਂ ਉਹਨੂੰ ਪੰਜਾਬੀ ਪੜ੍ਹਾਇਆ ਸਿਖਾਉਂਦਾ, ਉਹ ਸਬਜੈਕਟ ਸਿਖਾਉਣ ਨੂੰ ਬਦਲੇ ਮੈਂ ਪਹਿਲਾਂ ਉਸਨੂੰ ਪੰਜਾਬੀ ਸਿਖਾ ਰਿਹਾ ਕਿ ਪਹਿਲਾਂ ਪੰਜਾਬੀ ਬੋਲ, ਪੰਜਾਬੀ ਹੀ ਬੋਲਣਾ ਚਾਹੀਦਾ ਹੈ, ਕਿਉਂਕਿ ਸਾਡਾ ਫਰਜ਼ ਹੈ ਜੇ ਅਸੀਂ ਬੱਚੇ ਨੂੰ ਪੰਜਾਬੀ ਬੋਲਾਂਗੇ ਤਾਂ ਹੋਰ ਕਿੱਥੋਂ ਬੋਲਣਗੇ ਪੰਜਾਬੀ। ਸਾਡੇ ਘਰ ਤੋਂ ਹੀ ਮੈਂ ਕਹਿੰਦਾ ਘਰ ਤੋਂ ਸ਼ੁਰੂਆਤ ਕਰੋ, ਤੁਸੀਂ ਪੰਜਾਬੀ ਬੱਚਿਆਂ ਨੂੰ ਪੜ੍ਹਾਉਣਾ ਸਿਖਾ ਕਰੋ, ਸਕੂਲ ਵਿੱਚ ਜਾ ਕੇ ਚਾਹੇ ਇੰਗਲਿਸ਼ ਬੋਲਣ, ਹਿੰਦੀ ਬੋਲਣ, ਸੰਸਕ੍ਰਿਤ ਬੋਲਣ, ਜਿਹੜੀ ਮਰਜ਼ੀ ਭਾਸ਼ਾ ਬੋਲੋ, ਲੇਕਿਨ ਤੁਸੀਂ ਘਰ ਆ ਕੇ ਤੇ ਆਪਣੀ ਪੰਜਾਬੀ ਭਾਸ਼ਾ ਬੋਲੋ। ਓਕੇ ਓਕੇ ਵੀਰ ਜੀ ਦਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਜੀ, ਤੁਸੀਂ ਵੀ ਪੰਜਾਬੀ ਹੀ ਆਪਟ ਕੀਤੀ? ਹਾਂਜੀ। ਇਸ ਵੇਲੇ ਸਾਡਾ ਮੇਨ ਮਕਸਦ ਇਹੋ ਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਜਿਹੜੇ ਬੱਚੇ ਸਾਡੇ ਨੇ ਉਹ ਪੰਜਾਬੀ ਕਿਉਂ ਨਹੀਂ ਪੜ੍ਹ ਪਾ ਰਹੇ। ਪਹਿਲੇ ਤਾਂ ਤੁਹਾਨੂੰ ਇੱਕ ਸਵਾਲ ਹੈ ਕਿ ਤੁਸੀਂ ਕਦੋਂ ਪੰਜਾਬੀ ਸਬਜੈਕਟ ਜਿਹੜਾ ਪੜ੍ਹਨਾ ਸ਼ੁਰੂ ਕੀਤਾ? ਮੈਂ ਅਗਰ ਅਕੈਡਮਿਕ ਸਬਜੈਕਟ ਦੀ ਗੱਲ ਕਰਾਂ ਤਾਂ ਮੈਂ ਪੰਜਾਬੀ ਪੜ੍ਹਨਾ ਨਹੀਂ ਸੀ ਜਾਂਦਾ, ਸਹੀ ਹੈ, ਮੈਂ ਪੜ੍ਹਨਾ ਨਹੀਂ ਸੀ ਜਾਂਦਾ ਕਿਉਂਕਿ ਮੈਂ ਬਚਪਨ ਤੋਂ ਪੜ੍ਹੀ ਨਹੀਂ ਸੀ। ਠੀਕ ਹੈ। ਜਦੋਂ ਮੈਂ ਗਵਰਨਮੈਂਟ ਡਿਗਰੀ ਕਾਲਜ ਨੌਸ਼ਹਿਰਾ ਵਿੱਚ ਐਡਮਿਸ਼ਨ ਲਈ ਤੇ ਮੈਂ ਉੱਥੇ ਸਬਜੈਕਟ ਹਿੰਦੀ ਲਿਖਿਆ ਹੋਇਆ ਸੀ। ਓਕੇ। ਜੰਮੂ ਦੇ ਇੱਕ ਪ੍ਰੋਫੈਸਰ ਸਨ ਜਿਹੜੇ ਉਸ ਟਾਈਮ ਨਵੇਂ ਉੱਥੇ ਪੋਸਟਡ ਹੋਏ ਸਨ, ਹਰਭਜਨ ਸਰ ਜੀ ਜੀ, ਉਹਨਾਂ ਨੇ ਕਿਹਾ ਕਿ ਤੂੰ ਪੰਜਾਬੀ ਰੱਖ। ਮੈਂ ਕਿਹਾ ਨਹੀਂ, ਮੈਂ ਨਹੀਂ ਰੱਖ ਸਕਦਾ ਕਿਉਂਕਿ ਮੈਂ ਪੜ੍ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਪੜ੍ਹਾਵਾਂਗਾ, ਅਸੀਂ ਇੱਥੇ ਆਏ ਹਾਂ ਪੜ੍ਹਾਉਣ ਵਾਸਤੇ ਆਏ ਹਾਂ, ਤੁਸੀਂ ਰੱਖੋ। ਫਿਰ ਉਸ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕੀਤਾ ਔਰ ਉਹਨਾਂ ਨੇ ਮੈਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਂ ਘਰ, ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਹਨ, ਫਾਦਰ ਸਾਹਿਬ ਮੇਰੇ ਬੇਸਿਕਲੀ ਪੁਲਿਸ 'ਚ ਹਨ, ਲੇਕਿਨ ਪੁਲਿਸ ਤੋਂ ਪਹਿਲਾਂ ਉਹ
ਇੱਕ ਗੁਰਦੁਆਰਾ ਸਾਹਿਬ ਜੀ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਗ੍ਰੰਥੀ ਸਨ। ਓਕੇ। ਅਤੇ ਉਹਨਾਂ ਨੇ ਫਿਰ ਮੈਨੂੰ ਉਸ ਸਾਨੂੰ ਉਹ ਜਿਹੜਾ ਘਰ ਪਰਿਵਾਰ ਦਾ ਮਾਹੌਲ ਸੀ, ਪਰਿਵਾਰ ਵਿੱਚ ਪੜ੍ਹਦੇ ਸੀ, ਉਸ ਤਰੀਕੇ ਨਾਲ ਹੀ ਪੰਜਾਬੀ ਸਿੱਖੀ ਹੈ ਮੈਂ। ਹਾਂ, ਅਤੇ ਤੁਹਾਨੂੰ ਮਤਲਬ ਕਿ ਮੁਸ਼ਕਲਾਂ ਕੀ ਕੀ ਆਈਆਂ ਪੰਜਾਬੀ ਸਬਜੈਕਟ ਵਿੱਚ ਜਦੋਂ ਤੁਸੀਂ ਆਪਟ ਕੀਤੀ, ਗ੍ਰੈਜੂਏਸ਼ਨ ਦੇ ਵਿੱਚ ਕੀਤੀ? ਗ੍ਰੈਜੂਏਸ਼ਨ ਤੋਂ ਪਹਿਲੇ ਤੁਸੀਂ ਪੰਜਾਬੀ ਨਹੀਂ ਪੜ੍ਹ ਪਾਏ? ਜੀ ਜੀ। ਕਾਰਨ ਕੀ ਰਿਹਾ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋਇਆ? ਕਾਰਨ ਇਹ ਸੀ ਕਿ ਉਸ ਟਾਈਮ ਇੱਕ ਸਾਨੂੰ ਇੰਨੀ ਸੋਝੀ ਨਹੀਂ ਸੀ, ਔਰ ਦੂਸਰਾ ਜਿਹੜਾ ਸੀ ਉਹ ਸਕੂਲਾਂ ਵਿੱਚ ਪੰਜਾਬੀ ਹੈ ਨਹੀਂ ਸੀ ਸਕੂਲਾਂ ਦੇ ਵਿੱਚ। ਹਾਂਜੀ, ਕਿਉਂਕਿ ਜਿਹੜੀ ਵੀ ਅਗਰ ਅਸੀਂ ਗੱਲ ਕਰੀਏ ਕੋਈ ਵੀ ਸਬਜੈਕਟ ਹੈ, ਅਸੀਂ ਉਹੀ ਆਪਸ਼ਨ, ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਹਿੰਦੀ ਚੂਜ਼ ਕੀਤੀ ਕਿਉਂਕਿ ਮੈਂ ਫਸਟ ਤੋਂ ਲੈ ਕੇ ਟਵੈਲਥ ਤੱਕ ਹਿੰਦੀ ਪੜ੍ਹੀ ਹੁੰਦੀ ਪੜ੍ਹੀ। ਹਾਂਜੀ, ਹਿੰਦੀ ਪੜ੍ਹੀ ਹੋਣ ਕਰਕੇ ਮੈਂ ਤਾਂ ਹੀ ਅੱਗੇ ਵੀ ਹਿੰਦੀ ਹੀ ਰੱਖੀ। ਲੇਕਿਨ ਮਤਲਬ ਕਹਿਣ ਦਾ ਕਿ ਅਗਰ ਬੱਚੇ ਨੂੰ ਬੇਸਿਕਸ ਜਿਹੜੀਆਂ ਨੇ ਉਹ ਸਟਾਰਟਿੰਗ ਤੋਂ ਹੀ, ਫਸਟ ਕਲਾਸ ਸੈਕਿੰਡ ਕਲਾਸ ਤੋਂ ਹੀ ਅਗਰ ਅਸੀਂ ਮਾਂ ਬੋਲੀ ਪੰਜਾਬੀ ਗੁਰਮੁਖੀ ਦੇ ਨਾਲ ਜੋੜ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਕੋਈ ਮੁਸ਼ਕਲ ਨਹੀਂ ਆਏਗੀ, ਜਿਹੜੀਆਂ ਮੁਸ਼ਕਲਾਂ ਤੁਸੀਂ ਦੇਖੀਆਂ। ਬਿਲਕੁਲ ਬਿਲਕੁਲ, ਉਹ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਸਾਨੂੰ ਕਿਸੇ ਚੀਜ਼ ਦਾ ਪਤਾ ਨਾ ਹੋਏ ਜਾਂ ਬਚਪਨ ਤੋਂ ਸਾਡਾ ਬੇਸ ਨਹੀਂ ਹੁੰਦਾ। ਹੁਣ ਕਈ ਵਾਰ ਕਿਹਾ ਜਾਂਦਾ ਕਿ ਅਗਰ ਕੋਈ ਅਸੀਂ ਮਕਾਨ ਬਣਾਉਂਦੇ ਹਾਂ, ਕਹਿੰਦੇ ਨੇ ਉਹਦੀ ਨੀਂਹ ਪੱਕੀ ਕਰੋ ਪਹਿਲਾਂ, ਨੀਂਹ ਪੱਕੀ ਹੋਏਗੀ ਤਾਂ ਮਕਾਨ ਚੜ੍ਹੇਗਾ। ਹੁਣ ਉਹੀ ਹੈ ਕਿ ਸਾਡੀ ਨੀਂਹ ਵੀ ਨਹੀਂ ਸੀ, ਜਦੋਂ ਸਾਡੀ ਨੀਂਹ ਨਹੀਂ ਸੀ ਸਾਨੂੰ ਮੁਸ਼ਕਲਾਂ ਤਾਂ ਆਉਣੀਆਂ ਸਨ, ਔਰ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਨੇ ਸਿੱਖਣ 'ਚ ਵੀ, ਬਹੁਤ ਮੁਸ਼ਕਲਾਂ ਆਈਆਂ ਨੇ ਕਿਉਂਕਿ ਜਦੋਂ ਅਸੀਂ ਕਾਲਜ ਗਏ ਉਦੋਂ ਸਾਨੂੰ ਪੰਜਾਬੀ ਦਾ ਪਤਾ ਹੀ ਨਹੀਂ ਸੀ ਹੁੰਦਾ। ਠੀਕ ਹੈ, ਮੈਂ ਹੁਣ ਗੱਲਬਾਤ ਕਰਾਂਗਾ, ਮੇਰੇ ਨਾਲ ਇੱਕ ਹੋਰ ਭੈਣ ਬੈਠੇ ਨੇ, ਕੀ ਨਾਮ ਹੈ ਭੈਣੇ ਤੁਹਾਡਾ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਮਾਂ ਬੋਲੀ ਪੰਜਾਬੀ ਯਾਨੀ ਗੁਰਮੁਖੀ ਜਿਹੜੀ ਸਬਜੈਕਟ ਹੈ ਅਕੈਡਮਿਕਲੀ ਕਦੋਂ ਤੋਂ ਸ਼ੁਰੂ ਕੀਤਾ? ਜੀ, ਮੈਂ ਤੇ ਸਟਾਰਟਿੰਗ ਤੋਂ ਨਰਸਰੀ ਕਲਾਸ ਤੋਂ ਸਟਾਰਟ ਕੀਤਾ ਸੀ। ਮਤਲਬ ਜੰਮੂ ਦੇ ਵਿੱਚ? ਨਹੀਂ, ਮੈਂ ਬੇਸਿਕਲੀ ਮੇਰੇ ਪਾਪਾ ਗ੍ਰੰਥੀ ਸੀਗੇ ਤੇ ਉਹ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਸੀ ਤੇ ਅਸੀਂ ਵੀ ਉਹਨਾਂ ਦੇ ਨਾਲ ਸੀ। ਤੁਸੀਂ ਪੰਜਾਬ ਦੇ ਵਿੱਚ ਸੀ? ਜੀ ਜੀ। ਤੇ ਫਿਰ ਸਾਡੀ ਸਕੂਲਿੰਗ ਉੱਥੇ 7 ਤੱਕ ਉੱਥੇ ਹੋਈ ਤੇ ਅਸੀਂ ਰੈਗੂਲਰ ਪੰਜਾਬੀ ਸਬਜੈਕਟ ਪੜ੍ਹਦੇ ਰਹੇ ਹਾਂ। ਤੇ ਉਹ ਸਕੂਲ ਦੇ ਵਿੱਚ ਉੱਥੇ ਖਾਸ ਗੱਲ ਇਹ ਸੀ ਪੰਜਾਬ ਦੇ ਵਿੱਚ ਕਿ ਉੱਥੇ ਜਿਸ ਤਰ੍ਹਾਂ ਕਿ ਸੋਸ਼ਲ ਸਾਇੰਸ ਹੋ ਗਈ, ਸਾਡਾ ਮੈਥਸ ਹੋ ਗਿਆ, ਉਹ ਪੰਜਾਬੀ ਦੇ ਵਿੱਚ ਹੀ ਹੁੰਦਾ ਸੀ। ਉਹਦੀ ਸਟੇਟਮੈਂਟ ਜੋ ਹੁੰਦੀਆਂ ਸਨ ਉਹ ਪੰਜਾਬੀ ਵਿੱਚ ਹੁੰਦੀਆਂ ਸਨ ਤੇ ਅਸੀਂ ਜੋ ਲਿਖਣੀ ਪੜ੍ਹਨੀ ਤੇ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਅਸੀਂ। ਤੁਸੀਂ ਮਤਲਬ ਪੰਜਾਬ ਤੋਂ ਹੀ ਜਿਹੜਾ ਹੈ ਛੋਟੀਆਂ ਕਲਾਸਾਂ ਤੋਂ ਹੀ ਸਿੱਖ ਕੇ ਆਏ ਸੀ ਤੇ ਫਿਰ ਜਦੋਂ ਜੰਮੂ ਕਦੋਂ ਸ਼ਿਫਟ ਹੋਏ ਸੀ? ਅਸੀਂ ਜੰਮੂ 2013 ਦੇ ਵਿੱਚ ਸ਼ਿਫਟ ਹੋਏ। ਇੱਥੇ ਆ ਕੇ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬੀ ਗੁਰਮੁਖੀ ਦਾ ਤੇ ਇੱਥੇ ਦੇ ਲੈਵਲ ਦੇ ਵਿੱਚ ਕੀ ਫਰਕ ਨਜ਼ਰ ਆਇਆ? ਬਹੁਤ ਜ਼ਿਆਦਾ ਫਰਕ ਸੀਗਾ। ਮੁਸ਼ਕਲਾਂ ਵੀ ਆਈਆਂ ਹੋਣਗੀਆਂ? ਹਾਂਜੀ, ਮੁਸ਼ਕਲਾਂ ਵੀ ਬਹੁਤ ਆਈਆਂ, ਜਿਵੇਂ ਕਿ ਸਾਡੇ ਇੱਥੇ ਜੋ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਉਹ ਬਹੁਤ ਘੱਟ ਸੰਖਿਆ ਦੇ ਵਿੱਚ ਜੋ ਲੋਕ ਨੇ ਉਹ ਪੰਜਾਬੀ ਠੇਠ ਪੰਜਾਬੀ ਬੋਲਦੇ ਨੇ ਤੇ ਵਿੱਚ ਕਿਉਂਕਿ ਜੰਮੂ ਕਸ਼ਮੀਰ ਬਹੁ ਭਾਸ਼ਾਈ ਰਾਜ ਹੈ ਸਾਡਾ ਤੇ ਇੱਥੇ ਡੋਗਰੀ ਪੁੰਛੀ ਜਿਵੇਂ ਕਰਕੇ ਹੋਰ ਪਹਾੜੀ ਗੋਜਰੀ ਪੁੰਛੀ ਡੋਗਰੀ ਬਹੁਤ ਸਾਰੀਆਂ ਭਾਸ਼ਾਵਾਂ ਨੇ। ਹਾਂਜੀ, ਉਸ ਕਰਕੇ ਜੋ ਠੇਠ ਪੰਜਾਬੀ ਨਹੀਂ ਹੈ, ਹਿੰਦੀ ਦਾ ਜੋ ਕੁਛ ਅਕਸ਼ਰ ਨੇ ਅਸੀਂ ਪੰਜਾਬੀ ਦੇ ਵਿੱਚ ਵਰਤਦੇ ਹਾਂ ਬੋਲਣ ਟਾਈਮ। ਬਿਲਕੁਲ ਬਿਲਕੁਲ, ਤੇ ਲਿਖਣ ਟਾਈਮ ਵੀ ਅਸੀਂ ਕੁਛ ਉਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਲਿਖਦੇ ਨੇ ਤੇ ਜਦੋਂ ਅਸੀਂ ਪੰਜਾਬ ਤੋਂ ਜੰਮੂ ਵਿੱਚ ਸ਼ਿਫਟ ਹੋਇਆ ਤੇ ਇੱਥੇ ਅਸੀਂ ਪਿਓਰ ਠੇਠ ਪੰਜਾਬੀ ਵਿੱਚ ਗੱਲ ਕਰਦੇ ਸੀ ਤੇ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਕਿ ਤੁਸੀਂ ਕੀ ਬੋਲਦੇ, ਸਾਡਾ ਮਜ਼ਾਕ ਲਿਆ ਜਾਂਦਾ ਸੀ। ਇਵਨ ਕਿ ਜਦੋਂ ਮੈਂ ਸਕੂਲ ਦੇ ਵਿੱਚ ਸਾਡਾ ਉੱਥੇ ਮਿਡਲ ਸਕੂਲ ਗੌਰਮੈਂਟ ਮਿਡਲ ਸਕੂਲ ਦੇ ਵਿੱਚ ਅਸੀਂ ਗਏ ਤੇ ਉੱਥੇ ਮੁਸਲਿਮ ਬੱਚੇ ਸਨ ਤੇ ਸਾਡੇ ਸਿੱਖ ਬੱਚੇ ਵੀ ਹੈ ਸਨ ਤੇ ਉਹਨਾਂ ਨੂੰ ਵੀ ਸਮਝ ਨਹੀਂ ਸੀ ਆਉਂਦੀ, ਉਹ ਸਾਡਾ ਮਜ਼ਾਕ ਲੈਂਦੇ ਸਨ ਕੀ ਬੋਲਦੇ ਹੋ ਤੁਸੀਂ। ਇੱਥੇ ਤੁਸੀਂ 7th ਕਲਾਸ ਦੇ ਵਿੱਚ ਆਏ ਤੇ 7th ਦੇ ਵਿੱਚ ਜਿਸ ਸਕੂਲ ਦੇ ਵਿੱਚ ਤੁਸੀਂ ਗਏ ਉੱਥੇ ਪੰਜਾਬੀ ਸਬਜੈਕਟ ਸੀਗਾ?
ਜਦੋਂ ਖੋਜ ਕੀਤੀ ਤੇ ਕਹਿੰਦੇ 11th ਤੋਂ ਇਹ ਤੁਹਾਨੂੰ ਸਬਜੈਕਟ ਮਿਲ ਸਕਦਾ ਤੇ ਜਦੋਂ ਮੈਂ 8th ਕਲਾਸ ਵਿੱਚ ਪਹੁੰਚੀ ਤੇ ਕਦੋਂ ਦੀ ਗੱਲ ਹੈ ਇਹ ਸਾਡੇ 2014 ਦੀ ਗੱਲ 2014 ਦੇ ਵਿੱਚ ਯਾਨੀ ਕਿ 11ਵੀਂ ਤੋਂ ਹੀ ਸਬਜੈਕਟ ਜਿਹੜਾ ਪੰਜਾਬੀ ਮਿਲਦਾ ਸੀ ਜੀ ਜੀ ਤੇ ਫਿਰ ਤੁਹਾਨੂੰ 11ਵੀਂ ਤੋਂ ਹੀ ਚੁਣਨਾ ਪਿਆ ਹਾਂਜੀ ਤੇ ਜਦੋਂ ਮੈਂ 8th ਵਿੱਚ ਪੜ੍ਹਦੀ ਸੀ ਤੇ ਜੋ ਸਾਡੇ ਵੀਰ ਭੈਣ ਸੀਨੀਅਰ ਸੀਗੇ ਜੋ ਪੜ੍ਹ ਰਹੇ ਸੀ 11th 12th ਦੇ ਵਿੱਚ ਤੇ ਉਹਨਾਂ ਦਾ ਵੀ ਕਹਿਣਾ ਇਹ ਸੀ ਕਿ ਅਸੀਂ ਪੰਜਾਬੀ ਸਬਜੈਕਟ ਲੈ ਤੇ ਰਹੇ ਹਾਂ ਸਾਨੂੰ ਟੀਚਰ ਨਹੀਂ ਮਿਲ ਰਹੇ ਟੀਚਰ ਉਸ ਟਾਈਮ ਵੀ ਬਹੁਤ ਟੀਚਰਾਂ ਦੀ ਬਹੁਤ ਘਾਟ ਸੀਗੀ ਹਾਈ ਸੈਕੰਡਰੀ ਦੇ ਵਿੱਚ ਵੀ ਕਾਲਜਿਸ ਦੇ ਵਿੱਚ ਵੀ ਤੇ ਉਹ ਦੂਸਰੇ ਨੰਬਰ ਘਾਟ ਸੀ ਕਿਤਾਬਾਂ ਦੀ ਜੋ ਸਾਨੂੰ ਸਟੇਸ਼ਨਰੀ ਨਹੀਂ ਸੀ ਮਿਲ ਰਹੀ ਕਿ ਜਦੋਂ ਵੀ ਜੋ ਇਹ ਸਬਜੈਕਟ ਪੜ੍ਹਨਾ ਚਾਹੁੰਦਾ ਸੀ ਉਹਨੂੰ ਪਰਸਨਲੀ ਆਪਣੀਆਂ ਕਿਤਾਬਾਂ ਪੰਜਾਬ ਤੋਂ ਮੰਗਵਾਉਣੀਆਂ ਪੈ ਰਹੀਆਂ ਸਨ ਜੋ ਬਹੁਤ ਹੀ ਮੁਸ਼ਕਿਲ ਸੀ ਕਿਉਂਕਿ ਫਿਰ ਉਹ ਸਾਨੂੰ ਖਰੀਦਣੀਆਂ ਪੈਂਦੀਆਂ ਸਨ ਕਿਤਾਬਾਂ ਤੇ ਕੁਛ ਬੱਚੇ ਐਸੇ ਸਨ ਜੋ ਫਾਈਨੈਂਸ਼ਲੀ ਵੀਕ ਸੀਗੇ ਤੇ ਉਹ ਖਰੀਦ ਵੀ ਨਹੀਂ ਸੀ ਸਕਦੇ ਤੇ ਫੋਟੋ ਸਟੇਟ ਕਰਕੇ ਉਹਨਾਂ ਕਿਤਾਬਾਂ ਨੂੰ ਪੜ੍ਹਦੇ ਰਹੇ ਤੇ ਜਦੋਂ ਮੈਂ 11th ਦੇ ਵਿੱਚ ਗਈ ਤੇ ਉੱਥੋਂ ਅਸੀਂ 3 ਬੱਚੇ ਸੀ ਪੰਜਾਬੀ ਦੇ ਤੇ ਸਾਨੂੰ ਨਾ ਉਸ ਟਾਈਮ ਕੰਟਰੈਕਚੁਅਲ ਟੀਚਰ ਸਾਨੂੰ ਮਿਲਿਆ ਨਾ ਤੇ ਨਾ ਸਾਨੂੰ ਪਰਮਾਨੈਂਟ ਮਿਲਿਆ ਅਸੀਂ 2 ਸਾਲ ਪੰਜਾਬੀ ਪੜ੍ਹੇ ਆ ਆਪਣੇ ਦਮ ਤੇ ਤੇ ਹੁਣ ਕੀ ਮਤਲਬ ਇਸ ਵੇਲੇ ਤੁਸੀਂ ਜਿਹੜੇ ਅੱਜ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਸਲਾਹ ਜਾਂ ਕੁਝ ਅਪੀਲ ਕਰਨਾ ਚਾਹੋਗੇ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਪੰਜਾਬੀ ਪਹਿਲੀ ਗੱਲ ਤੇ ਇਹ ਹੈ ਕਿ ਉਹ ਖਾਲੀ ਸਿੱਖਾਂ ਦੀ ਨਹੀਂ ਹੈ ਬਿਲਕੁਲ ਕਿਉਂ ਇਹ ਸਾਡਾ ਪੰਜਾਬੀ ਬੋਲਦਾ ਇਲਾਕਾ ਸੀ ਹੁਣ ਅਸੀਂ ਟੂਰਿਸਟ ਏਰੀਆ ਕਰਕੇ ਲੋਕ ਰਿਸੋਰੀ ਸੀ ਹਿੰਦੀ ਬੋਲਣ ਲੱਗ ਪਏ ਨੇ ਡੋਗਰੀ ਬੋਲਣ ਲੱਗ ਗਏ ਨੇ ਔਰ ਡੋਗਰੀ ਵੀ ਉਹ ਆਪਣੇ ਆਪ ਨੂੰ ਅਲੱਗ ਕਰ ਗਏ ਡੋਗਰੀ ਵਾਲੀ ਕਹਿੰਦੇ ਅਸੀਂ ਡੋਗਰੇ ਹਾਂ ਤੇ ਅਸੀਂ ਡੋਗਰੀ ਬੋਲਾਂਗੇ ਪੁੰਛੀਏ ਕੁਛ ਕਹਿੰਦੇ ਅਸੀਂ ਪੁੰਛੀਏ ਮਤਲਬ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਕਿ ਜੋ ਪੁੰਛੀ ਡੋਗਰੀ ਕਸ਼ਮੀਰੀ ਪਹਾੜੀ ਇਹ ਪੰਜਾਬੀ ਦੀ ਡਾਇਲੈਕਟ ਇਸ ਚੀਜ਼ ਦੀ ਅਵੇਅਰਨੈਸ ਹਾਲੇ ਕਿਸੇ ਨੂੰ ਨਹੀਂ ਬਹੁਤ ਘੱਟ ਲੋਕਾਂ ਵਿੱਚ ਹੈ ਤੇ ਜਿਹਦੇ ਕਰਕੇ ਉਹ ਆਪਣੀ ਭਾਸ਼ਾ ਨੂੰ ਦੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਦੀ ਗਿਣਤੀ 'ਚ ਘੱਟ ਰਹੀ ਹੈ ਸੰਖਿਆ ਬਿਲਕੁਲ ਬਿਲਕੁਲ ਤੋਂ ਜਿਵੇਂ ਭੈਣ ਨੇ ਕਿਹਾ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਆਪਟ ਜਿਹੜੀ ਹੈ ਉਹ ਇਸ ਕਰਕੇ ਵੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਸ ਨੂੰ ਇੱਕ ਪੰਜਾਬ ਤੋਂ ਅਲੱਗ ਰੀਜਨ ਮੰਨਿਆ ਜਾ ਰਿਹਾ ਮੈਂ ਫਿਰ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਆਂ ਕਾਫੀ ਭਾਸ਼ਾਵਾਂ ਦਾ ਮੇਰੀ ਭੈਣ ਨੇ ਨਾਮ ਲਿਆ ਪੁੰਛੀ ਅਗਰ ਕਿਹਾ ਜਾਵੇ ਤੇ ਪੁੰਛੀ ਇੱਕ ਇਲਾਕੇ ਨੂੰ ਰਿਪ੍ਰੈਜ਼ੈਂਟ ਕਰਦਾ ਹੈ ਵਰਡ ਪੁੰਛੀ ਜਿਹੜੀ ਹੁੰਦੀ ਹੈ ਉਹ ਪੁੰਛ ਦੀ ਪੰਜਾਬੀ ਕਹੀ ਜਾ ਸਕਦੀ ਹੈ ਜੇ ਡੋਗਰੀ ਹੈ ਤਾਂ ਉਹ ਡੋਗਰਿਆਂ ਦੀ ਪੰਜਾਬੀ ਕਹੀ ਜਾ ਸਕਦੀ ਹੈ ਜੇਕਰ ਤੁਸੀਂ ਪਹਾੜੀ ਕਹਿੰਦੇ ਹੋ ਤਾਂ ਮੀਰਪੁਰੀ ਕਹਿੰਦੇ ਹੋ ਤਾਂ ਮੀਰਪੁਰ ਇਲਾਕੇ ਦੀ ਭਾਸ਼ਾ ਯਾਨੀ ਕਿ ਮੀਰਪੁਰ ਦੀ ਪੰਜਾਬੀ ਓਵਰਆਲ ਕਿਹਾ ਇਹੀ ਜਾ ਸਕਦਾ ਹੈ ਕਿ 5 ਦਰਿਆਵਾਂ ਦੀ ਯਾਨੀ ਕਿ ਜੇ ਆਪਾਂ ਜੇਹਲਮ ਤੋਂ ਸ਼ੁਰੂ ਕਰੀਏ ਅਤੇ ਸਤਲੁਜ ਤੱਕ ਜਾਈਏ 5 ਦਰਿਆਵਾਂ ਦੇ ਵਿੱਚ ਵਾਲਾ ਜਿੰਨਾ ਵੀ ਖਿੱਤਾ ਆਉਂਦਾ ਜਿਹੜਾ ਵੀ ਇਹ ਖਿੱਤਾ ਬਣਦਾ ਹੈ ਇਹ ਸਾਰਾ ਮਾਂ ਬੋਲੀ ਪੰਜਾਬੀ ਦੇ ਨਾਲ ਹੀ ਜੁੜਿਆ ਹੁੰਦਾ ਹੁਣ ਤਾਂ ਬੇਸ਼ੱਕ ਕੁਛ ਐਸੀਆਂ ਚਾਲਾਂ ਦੇ ਨਾਲ ਜਾਂ ਕਿਸੇ ਸਬੱਬੀ ਬੇਸਬੱਬੀ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਕਹਿ ਲਓ ਪੰਜਾਬ ਹੁਣ 2 ਜਾਂ 3 ਹੀ ਦਰਿਆਵਾਂ ਦੀ ਧਰਤੀ ਰਹਿ ਗਿਆ ਪਤਾ ਨਹੀਂ ਹੁਣ 2 ਦੀ ਕਦੋਂ ਬਣੇਗਾ ਪਰ ਉਮੀਦ ਕਰਦੇ ਹਾਂ ਕਿ ਇਹ ਜੋ ਵੱਡਾ ਪੰਜਾਬ ਹੈ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਮਿਲਾ ਕੇ ਜਿਹਦੇ ਵਿੱਚ ਹਿਮਾਚਲ ਹਰਿਆਣਾ ਰਾਜਸਥਾਨ ਦਾ ਕੁਛ ਹਿੱਸਾ ਅਤੇ ਜੰਮੂ ਕਸ਼ਮੀਰ ਪੂਰਾ ਹੀ ਆਉਂਦਾ ਹੈ
ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰਿਆਂ ਲੋਕਾਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ, ਔਰ ਇਹ ਸਾਰੇ ਮੇਰੇ ਨੌਜਵਾਨ ਭੈਣ ਭਰਾ ਜਿਹੜੇ ਨੇ ਇਹ ਵੀ ਇਹੋ ਹੀ ਅਪੀਲ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਆਪਣੇ ਖਿੱਤੇ ਦੀ ਭਾਸ਼ਾ ਦੇ ਨਾਲ ਜ਼ਰੂਰ ਜੋੜੋ, ਕਿਉਂਕਿ ਇਹ ਸਾਰੇ ਜਿੰਨੀਆਂ ਵੀ ਭਾਸ਼ਾਵਾਂ ਜਿਨ੍ਹਾਂ ਜਿਹੜੇ ਨਾਮ ਮੇਰੀ ਭੈਣ ਨੇ ਲਏ ਨੇ, ਇਹ ਸਾਰੀਆਂ ਮਾਂ ਬੋਲੀ ਪੰਜਾਬੀ ਦੀਆਂ ਡਾਇਲੈਕਟਸ ਨੇ। ਰਹੀ ਗੱਲ ਸਕ੍ਰਿਪਟ ਦੀ, ਤਾਂ ਉਹ ਸਕ੍ਰਿਪਟ ਮਾਂ ਬੋਲੀ ਪੰਜਾਬੀ ਦੀ ਹੀ ਆਪਣੀ ਸਕ੍ਰਿਪਟ ਹੈ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਹਿੰਦੀ ਦੀ ਸਕ੍ਰਿਪਟ ਵੀ ਆਪਣੀ ਨਹੀਂ ਹੈ, ਉਹ ਵੀ ਦੇਵਨਾਗਰੀ ਦੇ ਉੱਪਰ ਟਿੱਕੀ ਹੋਈ ਹੈ। ਜੇ ਕਹੀਏ ਤਾਂ ਸੰਸਕ੍ਰਿਤ ਦੀ ਇੱਕ ਆਪਣੀ ਸਕ੍ਰਿਪਟ ਹੈ, ਅਤੇ ਦੂਜੀ ਜਿਹੜੀ ਭਾਸ਼ਾ ਆਉਂਦੀ ਹੈ ਇਸ ਸਾਡੇ ਨੌਰਥ ਇੰਡੀਆ ਦੇ ਵਿੱਚ, ਉਹ ਹੈ ਮਾਂ ਬੋਲੀ ਪੰਜਾਬੀ, ਜਿਹਦੀ ਆਪਣੀ ਸਕ੍ਰਿਪਟ ਗੁਰਮੁਖੀ ਹੈ। ਤੋ ਇਹ ਸੀ ਇਹਨਾਂ ਸਾਰੇ ਨੌਜਵਾਨ ਵੀਰਾਂ ਭੈਣਾਂ ਦੇ ਜਿਹੜੇ ਵਿਚਾਰ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀ ਕੋਸ਼ਿਸ਼ ਕਰਾਂਗਾ ਕਿ ਇਸ ਤਰ੍ਹਾਂ ਦੇ ਭੈਣਾਂ ਭਰਾਵਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦਾ ਰਹਾਂਗਾ, ਔਰ ਮਾਂ ਬੋਲੀ ਪੰਜਾਬੀ ਦੇ ਬਾਰੇ 'ਚ ਅਸੀਂ ਖੁੱਲ੍ਹ ਕੇ ਜਿਹੜੀ ਹੈ ਉਹ ਗੱਲਬਾਤ ਕਰਦੇ ਰਹਾਂਗੇ। ਦੇਖਦੇ ਰਹੋ ਆਪਸੀ ਸਾਇੰਸ ਟੀਵੀ, ਇਸ ਤਰ੍ਹਾਂ ਦੇ ਹੋਰ ਵੀ ਸ਼ਖਸੀਅਤਾਂ, ਹੋਰ ਵੀ ਨੌਜਵਾਨ ਭੈਣ ਭਰਾ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ, ਧੰਨਵਾਦ ਜੀ।